ਸਾਡੇ ਕੋਲ ਦਰਖਾਸਤ ਆਈ ਸੀ ਜਿਹਦੀ ਐਸ ਪੀ ਇਨਵੈਸਟੀਗੇਸ਼ਨ ਵੱਲੋਂ ਪੜਤਾਲ ਕੀਤੀ। ਉਸ ਤੋਂ ਬਾਅਦ ਡਿਪਟੀ ਡੀ ਏ ਲੀਗਲ ਕੋਲੋਂ ਰਾਏ ਲੈ ਕੇ ਇਹ ਦੋ ਬੰਦਿਆਂ ਦੇ ਖਿਲਾਫ਼ ਜਿਹੜਾ ਪਰਚਾ ਦਰਜ ਹੋਇਆ, ਇੱਕ ਹੈ ਨੇ ਮਿਸਟਰ ਭੂਸ਼ਣ ਕੁਮਾਰ ਅਤੇ ਦੂਜਾ ਹਨੀ ਸਿੰਘ, ਇਹਦੇ ਖਿਲਾਫ਼ ਕੇਸ ਅੰਡਰ ਸੈਕਸ਼ਨ ਜਿਹੜਾ ਹੈ ਅੰਡਰ ਸੈਕਸ਼ਨ 294 509 ਆਈ ਪੀ ਸੀ ਐਂਡ 67 ਜਿਹੜਾ ਹੈਗਾ ਇਨਫੋਰਮੇਸ਼ਨ ਟੈਕਨੋਲੋਜੀ ਐਕਟ ਦੇ ਤਹਿਤ ਜਿਹੜਾ ਕੇਸ ਰਜਿਸਟਰ ਕੀਤਾ, ਐਂਡ ਸੈਕਸ਼ਨ 6 ਆਫ ਦਾ ਇੰਡੀਸੀਡੈਂਟ ਆਫ ਦਾ ਰੀਪ੍ਰਜੈਂਟੇਸ਼ਨ ਆਫ ਦਾ ਵੂਮੈਨ। ਇਹ ਤਾਂ ਕਿਸੇ ਗਾਣੇ 'ਚ ਵੀ ਕਰ ਸਕਦੇ ਆਪਾਂ। ਇਹ ਤਾਂ ਦੇਖੋ ਜੀ, ਜਿਹੜਾ ਕੇਸ ਰਜਿਸਟਰ ਹੋਇਆ ਹੈ ਇਹ ਕਿਸੇ ਥਾਂ 'ਤੇ ਵੀ ਹੋ ਸਕਦਾ ਸੀ, ਅਦਰਵਾਈਜ਼ ਇਹਦੇ ਵਿੱਚ ਤਾਂ ਗਾਣਾ ਸਾਰਿਆਂ ਨੇ ਹੀ ਜਿਹੜਾ ਸੁਣਿਆ ਹੋਏਗਾ, ਔਰ ਜਿਹਨਾਂ ਜਿਹਨਾਂ ਦੀਆਂ ਫੀਲਿੰਗਸ ਹਰਟ ਹੋਈਆਂ ਨੇ ਉਹ ਕਿਤੇ ਵੀ ਕੇਸ ਰਜਿਸਟਰ ਕਰਵਾਉਣ ਲਈ ਕੋਈ ਕੰਪਲੇਂਟ ਪਾ ਸਕਦਾ, ਅਤੇ ਇਨਕੁਆਇਰੀ ਦੇ ਉੱਤੇ ਕੰਪਲੀਟ ਹੋਣ 'ਤੇ ਜਿਹੜਾ ਕੇਸ ਦਰਜ ਕੀਤਾ, ਅੱਗੇ ਫਰਦਰ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ। ਇਹਦੇ 'ਚ ਸਾਡਾ ਰਾਈਟ ਟੂ ਇਨਫੋਰਮੇਸ਼ਨ ਐਕਟ ਲੱਗਾ, ਅਤੇ ਇਹਦੀ ਜਿਹੜੀ ਇਨਵੈਸਟੀਗੇਸ਼ਨ ਹੈ ਸਾਡੇ ਡੀ ਐਸ ਪੀ ਸਾਈਬਰ ਕ੍ਰਾਈਮ ਹਰਪਿੰਦਰਦੀਪ ਕੌਰ ਉਹਨਾਂ ਨੂੰ ਮਾਰ ਕੀਤੀ ਹੈ, ਨਾਲ ਥਾਣੇ ਵਾਲੇ ਉਹਨਾਂ ਦੇ ਸਹਿਯੋਗ ਕਰਨਗੇ। ਇਹਦੇ 'ਚ ਜਿਹੜੀ ਸਾਡੇ ਕੋਲ ਦਰਖਾਸਤ ਆਈ ਸੀ ਵਿਮਨ ਕਮਿਸ਼ਨਰ ਵੱਲੋਂ, ਅਤੇ ਜਿਹੜੀ ਇਹਦੀ ਅੱਗੇ ਸਰਕਾਰ ਰਾਹੀਂ ਹੀ ਜਿਹੜਾ ਇਹਦੇ 'ਤੇ ਕੰਪਲੇਂਟ ਬਣ ਕੇ ਅੱਗੇ ਪਰਚਾ ਦਰਜ ਕੀਤਾ। ਨੋ ਜੀ, ਕੋਈ ਰੈਸਟ ਨਹੀਂ। ਖਿਲਾਫ਼ ਜਿਹੜਾ ਪਰਚਾ ਦਰਜ ਹੋਇਆ, ਬਾਕੀ ਅਸੀਂ ਉਹਦਾ ਐਡਰੈਸ ਲੈ ਕੇ ਜਿਹੜਾ ਪੁਲਿਸ ਵੱਲੋਂ ਵੀ ਉਹਨੂੰ ਕਾਲ ਕਰਾਂਗੇ ਸਰ। ਬਿਊਰੋ ਰਿਪੋਰਟ, ਆਵਾਜ਼ ਕੌਮ ਟੀਵੀ।